ਦਾਦੇ ਵੱਲੋਂ ਹੱਲਾਸ਼ੇਰੀ ਦੇ ਕੇ ਸਿਖਾਇਆ ਗੱਤਕਾ ਹੀ ਹੁਣ ਗੁਰਵਿੰਦਰ ਕੌਰ ਲਈ ਰੋਜ਼ਗਾਰ ਦਾ ਸਾਧਨ ਬਣ ਗਿਆ ਹੈ। ਆਪਣੇ ਪਰਿਵਾਰ ਦੀ ਰੋਜ਼ੀ ਰੋਟੀ ਹੁਣ ਉਹ ਗੱਤਕੇ ਦੇ ਚੱਕਰ ਘੁਮਾ ਕੇ ਹੀ ਕਮਾ ਰਹੀ ਹੈ। ਸੁਲਤਾਨਪੁਰ ਲੋਧੀ ਦੀ ਰਹਿਣ ਵਾਲੀ ਗੁਰਵਿੰਦਰ ਕੌਰ ਦਾ ਕਹਿਣਾ ਹੈ ਕਿ ਉਹ ਇਸ ਖਿੱਤੇ ਦੀ ਇਕੱਲੀ ਅਜਿਹੀ ਲੜਕੀ ਹੈ ਜਿਸਨੇ ਕੌਮੀ ਪੱਧਰ ਤੇ ਗੱਤਕੇ ਵਿੱਚ ਨਵੇਂ ਕੀਰਤੀਮਾਨ ਸਥਾਪਿਤ ਕੀਤੇ ਹਨ। ਉਹ 8ਵੀਂ ਜਮਾਤ ਵਿੱਚ ਪੜ੍ਹਦੀ ਸੀ ਜਦੋਂ ਗੱਤਕੇ ਦੀ ਸੋਟੀ ਕਮਾਉਣੀ ਸਿੱਖੀ ਸੀ। ਗੱਤਕੇ ਨੇ ਉਸਨੂੰ ਇੰਨਾ ਸਹਾਰਾ ਦਿੱਤਾ ਕਿ ਜਿੱਥੇ ਉਹ ਲੜਕੀਆਂ ਨੂੰ ਗੱਤਕਾ ਸਿਖਾ ਕੇ ਉਹਨਾਂ ਵਿੱਚ ਸਵੈ ਰੱਖਿਆ ਲਈ ਮਜਬੂਤ ਕਰ ਰਹੀ ਹੈ, ਉੱਥੇ ਗੱਤਕਾ ਉਸ ਦੀ ਰੋਜ਼ੀ ਰੋਟੀ ਦਾ ਸਾਧਨ ਵੀ ਬਣ ਗਿਆ ਹੈ। ਹਾਂਜੀ, ਹੁਣ ਤੁਸੀਂ ਦੱਸਣਾ ਕਿ ਤੁਸੀਂ ਕਿੰਨੀ ਦੇਰ ਤੋਂ ਗੱਤਕਾ ਕਰ ਰਹੇ ਹੋ, ਕਿੰਨੀ ਦੇਰ ਤੋਂ, ਥੋੜ੍ਹਾ ਉਸ ਬਾਰੇ ਥੋੜ੍ਹਾ ਜਾਣਕਾਰੀ, ਔਰ ਤੁਹਾਡੇ ਜਿਹੜਾ ਤੁਸੀਂ ਗੱਤਕਾ ਕਿੰਨਾ ਕੁਛ ਸਿੱਖਿਆ ਤੁਸੀਂ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਗੁਰਵਿੰਦਰ ਕੌਰ ਹੈ। ਮੇਰੇ ਉਸਤਾਦ ਜੀ, ਮੇਰੇ ਦਾਦਾ ਜੀ ਸਰਦਾਰ ਸੋਹਣ ਸਿੰਘ ਜੀ ਪਾਲਕੀਆਂ ਵਾਲੇ ਹਨ, ਅਤੇ ਮੈਂ 8ਵੀਂ ਕਲਾਸ ਤੋਂ ਲਗਭਗ ਜਦੋਂ 12-13 ਸਾਲ ਦੀ ਸੀ ਉਹਨਾਂ ਕੋਲੋਂ ਇਹ ਸ਼ਿਕਸ਼ਾ ਦੀਕਸ਼ਾ ਲਈ ਹੈ ਗੱਤਕੇ ਦੀ, ਅਤੇ ਹੁਣ ਤੱਕ ਮੈਂ ਇਹ ਇਸੇ ਦੇ ਥਰੂ ਹੀ ਅੱਗੇ ਵੱਧ ਰਹੀ ਹਾਂ ਜੀ ਗੱਤਕੇ ਦੀ ਟ੍ਰੇਨਿੰਗ ਦੇ। ਰੋਜ਼ਾਨਾ ਕਿੰਨੀ ਦੇਰ ਤੁਸੀਂ ਇਹਦੀ ਪ੍ਰੈਕਟਿਸ ਕਰਦੇ ਹੈ, ਥੋੜ੍ਹਾ ਇਸ ਬਾਰੇ ਦੱਸ ਜੀ? ਮੈਂ ਪਹਿਲਾਂ ਤਾਂ ਆਪਣੇ ਸਟੂਡੈਂਟਸ ਦੀ ਪ੍ਰੈਕਟਿਸ ਕਰਵਾਉਂਦੀ ਹਾਂ ਜੀ, ਉਸ ਤੋਂ ਬਾਅਦ ਵਿੱਚ ਮੈਂ ਆਪਣੀ ਕਰਦੀ ਹਾਂ, ਜਿਹੜੇ ਮੈਂ ਰਿਕਾਰਡ ਅਚੀਵ ਕਰਨੇ ਹੁੰਦੇ ਉਹਦੇ ਵਾਸਤੇ ਐਕਸਟਰਾ ਟਾਈਮ ਲਗਾਉਂਦੀ ਮੈਂ ਆਪਣਾ, ਅਤੇ ਘੰਟਿਆਂ ਦੀ ਮਿਹਨਤ ਹੁੰਦੀ ਹੈ ਜੀ ਸਵੇਰ ਸ਼ਾਮ ਦੀ, ਅਤੇ ਉਹਦਾ ਹੀ ਉਹਦੀ ਹੀ ਆਉਟਪੁੱਟ ਮਿਲਦੀ ਹੈ ਸਾਨੂੰ, ਜਿਹੜੇ ਅਚੀਵਮੈਂਟ ਮਿਲਦੀਆਂ ਹੈਗੀਆਂ। ਅਤੇ ਘੰਟਾ ਲੱਗ ਜਾਂਦਾ ਹੈਗਾ ਜੀ ਪਹਿਲਾਂ ਵੀ ਚੱਕਰ ਦੇ ਉੱਤੇ ਕਿ ਅਸੀਂ ਉਹਨੂੰ ਆਪਣੇ ਬੈਲੈਂਸ 'ਤੇ ਕਰੀਏ। ਇਹ ਇੱਕ ਸਾਧਨਾ, ਇੱਕ ਤਪੱਸਿਆ ਹੈ, ਛੇਤੀ ਨਹੀਂ ਤਾਂ ਬੰਦਾ ਇਹਦੇ 'ਚ ਉਲਝ ਜਾਂਦਾ। ਅਤੇ ਫਿਰ ਉਂਗਲੀ ਦੇ ਉੱਤੇ ਬੈਲੈਂਸ ਕਰਨਾ ਥੋੜ੍ਹਾ ਟਫ ਹੁੰਦਾ, ਉਹ ਵੀ ਇੱਕ ਘੰਟੇ ਜਾਂ ਇੱਕ ਲਗਾਤਾਰ ਕਮਾਈ ਜਾਣਾ ਬੜਾ ਔਖਾ ਹੁੰਦਾ। ਅਤੇ ਇਸ ਕਰਕੇ ਫਿਰ ਮੈਂ ਪਹਿਲਾਂ ਹੀ ਅਚੀਵਮੈਂਟ ਇਹ ਕੀਤੀ ਕਿ ਮੈਂ 1 ਮਿੰਟ ਤੱਕ ਕੰਟੀਨਿਊ ਇਹ ਦੋਨੇ ਚੱਕਰ ਕਮਾਵਾਂ। ਔਰ ਅੱਧਾ ਅੱਧਾ ਕਿਲੋ ਜਾਲਦੇ ਸੀ ਦੋਨੇ ਹੀ, ਇੱਕ ਉਂਗਲ ਦੇ ਉੱਤੇ, ਰਾਈਟ ਅਤੇ ਲੈਫਟ ਦੋ ਜੀ। ਗੱਤਕੇ ਦੇ ਵਿੱਚ ਤੁਸੀਂ ਕੀ ਕਰ ਲੈਂਦੇ ਹਾਂ, ਕਿਹੜੀ ਕਿਹੜੀ ਤੁਸੀਂ ਜਿਹੜੀ ਹੈਗੀ ਹੈ ਕਿ ਨੂੰ ਆਪਾਂ ਆਈਟਮਸ ਕਿਹੜੀਆਂ ਕਿਹੜੀਆਂ ਤੁਸੀਂ ਕਰ ਲੈਂਦੇ, ਕੀ ਤੁਸੀਂ ਕਰਦੇ ਹੈ ਗੱਤਕੇ ਦੇ ਵਿੱਚ, ਥੋੜ੍ਹਾ ਉਹ ਦੱਸ ਜੀ। ਗੱਤਕੇ ਦੇ ਵਿੱਚ ਦੇਖੋ ਜੀ, ਬੜੇ ਬੇਅੰਤ ਸ਼ਸਤਰ ਨੇ ਗੁਰੂ ਮਹਾਰਾਜ ਨੇ ਸਾਨੂੰ ਦਿੱਤੇ ਹੋਏ, ਜਿਹ 'ਚ ਨੇਜੇ, ਕਿਰਪਾਨਾਂ, ਢਾਲਾਂ, ਬਰਸ਼ੇ, ਹੋਰ ਵੀ ਬੜੇ ਸ਼ਸਤਰ ਨੇ। ਕਿਰਪਾਨ ਦੇ ਹੀ ਅਸੀਂ 100 ਤੋਂ ਵੱਧ ਨਾਮ ਨੇ, ਅਲੱਗ ਅਲੱਗ ਜਗ੍ਹਾ ਦੇ ਉੱਤੇ ਅਲੱਗ ਅਲੱਗ ਚੱਲਦੇ ਨੇ। ਉਹ ਸਾਰੇ ਤਰ੍ਹਾਂ ਦੇ ਸ਼ਸਤਰ ਜੋ ਸਾਡੇ ਗੁਰੂ ਸਾਹਿਬ ਨੇ ਸਾਨੂੰ ਬਖਸ਼ੇ ਨੇ ਔਰ ਜੋ ਸਾਡੇ ਉਸਤਾਦ ਜੀ ਨੇ ਸਾਨੂੰ ਸਿਖਾਏ ਨੇ, ਉਹ ਹਰ ਅਸੀਂ ਗੇਮ ਕਰ ਲਈਦੀ ਹੈ। ਖੁੱਲ੍ਹਾ ਨਿਹੰਗਾ ਸਿੰਘਾਂ ਨਾਲ ਵੀ ਖੇਡ ਲਈਦਾ, ਫੈਡਰੇਸ਼ਨਾਂ ਦੇ ਰੂਲ ਦੇ ਹਿਸਾਬ ਨਾਲ ਵੀ ਖੇਡ ਲਈਦਾ, ਔਰ ਜਦੋਂ ਨਗਰ ਕੀਰਤਨਾਂ 'ਚ ਹੋਵੇ ਤਾਂ ਖੁੱਲ੍ਹੀ ਕਿਰਾਏ 'ਚ ਵੀ ਖੇਡਦਾ। ਕੀ ਖੇਡਦੇ ਆ ਤੁਸੀਂ ਉਹਦੇ ਵਿੱਚ, ਥੋੜ੍ਹਾ ਉਹ ਦੱਸ? ਚੱਕਰ ਕਮਾਉਣਾ, ਆਰਾ ਕਮਾਉਣਾ, ਔਰ ਫਰੀ ਸੋਟੀ, ਢਾਲ ਕਿਰਪਾਨ, ਦਸਾਂ ਬੰਦਿਆਂ ਦਾ ਇਕੱਲੇ ਮੁਕਾਬਲਾ ਕਰਨਾ, ਡਾਂਗ ਕਮਾਉਣਾ, ਮਰਹੱਟੀਆਂ ਕਮਾਉਣਾ, ਦੋ ਕਿਰਪਾਨਾਂ ਕਮਾਉਣਾ, ਨੇਜੇਬਾਜ਼ੀ ਕਰਨਾ, ਬਰਸ਼ਾ ਕਮਾਉਣਾ, ਜੰਗੀ ਗੋਲਾ ਕਮਾਉਣਾ, ਦੋ ਗੋਲੇ ਕਮਾਉਣੇ, ਢਾਲ ਕਟਾ, ਢਾਲ ਗੰਡਾਸੀ, ਇਹ ਕਾਫੀ ਸ਼ਸਤਰ, ਕਾਫੀ ਤਰ੍ਹਾਂ ਦੇ ਸ਼ਸਤਰ ਹੋ ਜਾਂਦੇ ਨੇ। ਜਮਦਾੜ ਹੋਈ, ਕਧਾਰਾ ਹੋਇਆ, ਖੁਖਰੀ ਹੋਈ, ਗੰਡਾਸੀ, ਇਸ ਤੋਂ ਇਲਾਵਾ ਕੁਹਾੜੀ, ਜੰਗੀ ਕੁਹਾੜੀ, ਕਾਤੀ, ਅਲੱਗ ਅਲੱਗ ਤਰ੍ਹਾਂ ਦੇ ਨੇ ਜੀ। ਆਪਾਂ ਸ਼ਸਤਰਾਂ ਦੇ ਇੱਦਾਂ ਨਾਮ ਲੈਣ ਲੱਗੀਏ ਤਾਂ ਬੜੀ ਲੰਬੀ ਲਿਸਟ ਚਲੇ ਜਾਂਦੀ ਹੈ, ਮਤਲਬ ਕਿ ਜਦੋਂ ਸ਼ਸਤਰ ਵਿੱਦਿਆ ਸਿੱਖੀ ਦੀ ਹੈ, ਇੱਕ ਮਰਹੱਟੀ ਇਕੱਲੀ ਲੈ ਲਈਏ, ਜਦੋਂ ਆਪਾਂ ਉਹਨੂੰ ਘੁਮਾਉਣਾ ਸਿੱਖ ਲੈਂਦੇ ਤਾਂ ਆਪਾਂ ਨੂੰ ਕਾਫੀ ਤਰ੍ਹਾਂ ਦੇ ਸ਼ਸਤਰ ਘੁਮਾਉਣੇ ਆ ਜਾਂਦੇ ਨੇ ਜੀ। ਹੁਣ ਤੁਸੀਂ ਜਿਹੜਾ ਹੈਗਾ ਤੁਹਾਡਾ ਨਾਮ ਜਿਹੜਾ ਵਿੱਚ ਨੇ ਇੰਡੀਆ ਬੁੱਕ ਆਫ ਰਿਕਾਰਡਸ ਦੇ ਵਿੱਚ ਤੁਹਾਡਾ ਨਾਮ ਦਰਜ ਹੋਇਆ, ਉਸ ਦੇ ਲਈ ਤੁਹਾਨੂੰ ਕਿੰਨੀ ਮਿਹਨਤ ਕਰਨੀ ਪਈ, ਅਤੇ ਸਭ ਤੋਂ ਪਹਿਲਾਂ ਉਹਦੇ ਲਈ ਕਿੰਨੀ ਮੁਸ਼ਕਲਾਂ ਆਈਆਂ ਤੁਹਾਨੂੰ ਉਹਨੂੰ ਹਾਸਲ ਕਰਨ ਦੇ ਲਈ? ਜੀ, ਇਹ ਤੁਸੀਂ ਬਹੁਤ ਅੱਛਾ ਕੁਐਸਚਨ ਪੁੱਛਿਆ, ਕਿਉਂਕਿ ਇਹ ਬੜੇ ਚਿਰ ਦੀ ਇੱਛਾ ਸੀਗੀ ਕਿ ਇਸ ਲੈਵਲ ਤੱਕ ਜਾਈਏ, ਪਰ ਕੋਈ ਪਲੇਟਫਾਰਮ ਨਹੀਂ ਸੀ ਮਿਲ ਰਿਹਾ। ਫਿਰ ਮੈਨੂੰ ਸੰਤ ਬਲਵੀਰ ਸਿੰਘ ਜੀ ਸੀਚੇਵਾਲ, ਜਦੋਂ ਮੈਂ ਇਹਨਾਂ ਦੇ ਸੰਪਰਕ 'ਚ ਆਈ, ਇਹਨਾਂ ਨੇ ਮੈਨੂੰ ਇੱਕ ਬੜਾ ਅੱਛਾ ਪਲੇਟਫਾਰਮ ਦਿੱਤਾ ਕਿ ਆਪਣੀ ਅਕੈਡਮੀ ਦੇ ਵਿੱਚ ਐਜ਼ ਏ ਕੋਚ ਰੱਖਿਆ। ਮੈਂ ਬੱਚਿਆਂ ਨੂੰ ਟ੍ਰੇਨਿੰਗ ਦੇ ਰਹੀ ਸੀ, ਪਹਿਲਾਂ ਮੈਂ ਸੋਚਿਆ ਸੀ ਕਿ ਆਪਣੇ ਸਟੂਡੈਂਟਸ ਦਾ ਇਹ ਰਿਕਾਰਡ ਕਾਇਮ ਕਰਾਂ, ਫਿਰ ਮੈਨੂੰ ਸੀ ਕਿ ਨਹੀਂ ਮੈਂ ਕਰਾਂ। ਮੈਨੂੰ ਫੀਸ ਦੀ ਪ੍ਰੋਬਲਮ ਆ ਰਹੀ ਸੀ, ਮੇਰੀ ਜਿਹੜੀ ਫੀਸ ਹੈ, ਇੱਕ ਇੰਡੀਆ ਬੁੱਕ ਆਫ ਰਿਕਾਰਡ ਫੀਸ ਚਾਰਜਸ ਲੈਂਦੀ ਹੈ ਜੀ ਇਸ ਰਿਕਾਰਡ ਵਾਸਤੇ, ਉਹ ਮੇਰੇ ਸੰਤ ਬਲਵੀਰ ਸਿੰਘ ਜੀ ਨੇ ਸੀਚੇਵਾਲ, ਉਹਨਾਂ ਨੇ ਇਹ ਫੀਸ ਮੇਰੀ ਦਿੱਤੀ ਆਪਣੇ ਟਰੱਸਟ ਵੱਲੋਂ, ਤਾਂ ਉਹਨਾਂ ਨੇ ਮੈਨੂੰ ਕਦੀ ਕਿਸੇ ਚੀਜ਼ ਤੋਂ ਰੋਕਿਆ ਨਹੀਂ। ਉਹ ਕਹਿੰਦੇ ਸੀ ਬੇਟਾ ਤੁਸੀਂ ਅੱਗੇ ਵਧੋ, ਅਸੀਂ ਤੁਹਾਡੇ ਨਾਲ ਖੜ੍ਹੇ ਹਾਂ। ਤਾਂ ਉਹਨਾਂ ਦੀ ਬਦੌਲਤ ਹੀ ਇਹ ਸਾਰੀ ਜੋ ਵੀ ਮੇਰੇ ਹੁਣ ਤੱਕ ਦੇ ਰਿਕਾਰਡ ਬਣੇ ਆ ਜਾਂ ਕੋਈ ਅਵਾਰਡ ਮਿਲੇ ਆ, ਇਹ ਸੰਤ ਬਲਵੀਰ ਸਿੰਘ ਜੀ ਸੀਚੇਵਾਲ, ਉਹਨਾਂ ਨੇ ਹੀ ਸਾਰਾ ਕੁਛ ਕਰਵਾਇਆ ਜੀ ਮੈਨੂੰ। ਉਹਨਾਂ ਨੇ ਪ੍ਰੈਕਟਿਸਾਂ ਵਾਸਤੇ ਹਰੇਕ ਡਾਇਟ ਤੱਕ ਪ੍ਰੋਵਾਈਡ ਕਰਵਾਉਂਦੇ ਨੇ ਜੀ, ਸਾਧਨ ਪ੍ਰਵਾਨ ਕਰਵਾਉਂਦੇ ਸਾਨੂੰ, ਸਾਡੀ ਸਪੋਰਟਸ ਕਿੱਟ ਹੋਈ, ਬਾਣੇ ਹੋਏ, ਸਾਰਾ ਕੁਛ ਬਾਬਾ ਜੀ ਹੁਣੀ ਸਾਨੂੰ ਕਰਵਾਉਂਦੇ ਨੇ।
ਤਾਂ ਉਹਦੀ ਬਦੌਲਤ ਅਸੀਂ ਜਦੋਂ ਮਿਹਨਤ ਕਰਦੇ ਹਾਂ ਬਾਬਾ ਜੀ ਖੁਸ਼ ਹੋ ਕੇ ਸਾਨੂੰ ਹੋਰ ਅੱਗੇ ਵਧਣ ਲਈ ਕਹਿੰਦੇ ਤਾਂ ਅਚੀਵਮੈਂਟ ਹੁਣ ਮਿਲਦੀਆਂ ਸਾਨੂੰ ਜੀ। ਜਿਹੜਾ ਤੁਹਾਡਾ ਇੰਡੀਆ ਬੁੱਕ ਆਫ ਰਿਕਾਰਡ ਲਈ ਜਿਹੜਾ ਤੁਹਾਡਾ ਟੀਚਾ ਸੀਗਾ ਉਹ ਤੁਸੀਂ ਕੀ ਕਰਨਾ ਸੀਗਾ ਉਸ ਦੇ ਵਿੱਚ ਰਿਕਾਰਡ ਦੇ ਵਿੱਚ ਤੁਸੀਂ ਕਿਸ ਚੀਜ਼ 'ਚ ਤੁਸੀਂ ਰਿਕਾਰਡ ਬਣਾਇਆ ਅਤੇ ਉਹਦੇ ਵਿੱਚ ਟੀਚਾ ਕੀ ਸੀਗਾ ਕਿ ਕਿੰਨੀ ਦੇਰ ਦੇ ਵਿੱਚ ਉਹਨੂੰ ਕੰਪਲੀਟ ਕਰਨਾ ਅਤੇ ਤੁਸੀਂ ਉਹਨੂੰ ਕਿੰਨੀ ਦੇਰ 'ਚ ਕੰਪਲੀਟ ਕੀਤਾ ਸੀ? ਹਾਂਜੀ ਜੀ, ਮੈਂ ਦੇਖਦੀ ਹੁੰਦੀ ਸੀ ਯੂਟਿਊਬ ਦੇ ਉੱਤੇ ਕਿ ਮੈਂ ਕੁਛ ਇਹੋ ਜਿਹਾ ਸਾਡੇ ਸ਼ਸਤਰ ਵਿੱਦਿਆ ਦੇ ਵਿੱਚ ਹੀ ਕਰਾਂ ਕਿ ਸਾਡੀ ਸਿੱਖ ਕੌਮ ਦਾ ਨਾਮ ਅੱਗੇ ਆਵੇ, ਸਾਡੀ ਵੀ ਮਾਰਸ਼ਲ ਆਰਟ ਪਹਿਚਾਨੀ ਜਾਵੇ। ਤਾਂ ਬੜੇ ਪਹਿਲਾਂ ਆਈਡੀਆ ਲਗਾਏ ਕਿ ਮੈਂ ਕਿਰਪਾਨ ਦੀ ਕਰਾਂ ਜਾਂ ਕੁਛ ਹੋਰ ਚੀਜ਼ ਦੀ ਕਰਾਂ, ਫਿਰ ਮੈਨੂੰ ਆਇਆ ਕਿ ਮੈਂ ਚੱਕਰ ਦੀ ਕਰਾਂ ਕਿਉਂਕਿ ਕੁਛ ਇਹੋ ਜਿਹਾ ਰਿਕਾਰਡ ਕਾਇਮ ਕਰਨਾ ਹੀ ਹੈ ਕਿ ਵਾਕਈ ਉਹ ਲੱਗੇ ਵੀ ਕਿ ਰਿਕਾਰਡ ਹੋਇਆ। ਇੱਕ ਉਂਗਲ ਦੇ ਉੱਤੇ ਅੱਧਾ ਕਿਲੋ ਦਾ ਜਾਲ ਖੱਬੀ 'ਤੇ ਔਰ ਸੱਜੀ ਉਂਗਲ 'ਤੇ ਵੀ ਅੱਧਾ ਕਿਲੋ ਦਾ ਜਾਲ, ਇਹ ਫਿਰ ਮੈਂ ਲਗਾਤਾਰ ਪ੍ਰੈਕਟਿਸ ਕਰਨੀ ਸ਼ੁਰੂ ਕੀਤੀ। ਤਾਂ ਫਿਰ ਮੈਂ ਉਹਨਾਂ ਨੂੰ ਆਪਣੀ ਮੇਲ ਪਾਈ ਔਰ ਆਪਣੀਆਂ ਦੱਸਿਆ ਸਾਰਾ ਕੁਛ ਅਤੇ ਉਹਨਾਂ ਨੇ ਐਕਸੈਪਟ ਕੀਤਾ, ਸਾਨੂੰ ਟਾਈਮਿੰਗ ਦਿੱਤੀ। ਫਿਰ ਅਸੀਂ ਜਦੋਂ ਸਾਨੂੰ ਉਹਨਾਂ ਨੇ 1 ਮੰਥ ਪਹਿਲਾਂ ਦੀ ਟਾਈਮਿੰਗ ਦਿੱਤੀ, ਮੈਂ ਆਪਣੀ ਪ੍ਰੈਕਟਿਸ ਹੋਰ ਵਧਾ ਦਿੱਤੀ ਕਿ ਮੇਰੇ ਕੋਈ ਊਨਤਾ ਹੀ ਨਾ ਰਹਿ ਜਾਵੇ ਕਿ ਮਹਾਂਪੁਰਸ਼ਾਂ ਨੇ ਮੇਰੀ ਫੀਸ ਤਾਰੀ ਆ ਕਿਤੇ ਉਹ ਫੀਸ, ਕਿਉਂਕਿ ਇਹਨਾਂ ਦੀ ਇੱਕ ਅਕੁਆਇਰਮੈਂਟ ਹੁੰਦੀ ਹੈ ਇੰਡੀਆ ਬੁੱਕ ਆਫ ਰਿਕਾਰਡ ਵਾਲਿਆਂ ਦੀ, ਸਾਨੂੰ ਇਹ 3 ਅਟੈਂਪਟ ਦਿੰਦੇ ਆ, ਫਸਟ 'ਚ ਤੁਸੀਂ ਕਰ ਲਓ, ਸੈਕਿੰਡ 'ਚ ਕਰ ਲਓ, ਥਰਡ ਤੋਂ ਬਾਅਦ ਅਗਰ ਤੁਸੀਂ ਨਹੀਂ ਕਰ ਪਾਉਂਦੇ ਤਾਂ ਤੁਹਾਡੀ ਫੀਸ ਵੀ ਵਾਪਸ ਨਹੀਂ ਹੁੰਦੀ। ਤਾਂ ਮੈਨੂੰ ਸੀਗਾ ਕਿ ਬਾਬਾ ਜੀ ਨੇ ਮੇਰੇ 'ਤੇ ਇੰਨਾ ਵਿਸ਼ਵਾਸ ਕਰ ਰਹੇ, ਮੇਰੇ 'ਤੇ ਉਹਨਾਂ ਨੇ ਫੀਸ ਲਾਈ ਹੈ ਅਤੇ ਮੈਂ ਉਹਦੀ ਆਊਟਪੁੱਟ ਜ਼ਰੂਰ ਦੇਵਾਂ। ਤਾਂ ਮੈਨੂੰ ਸੀਗਾ ਮੈਂ 2 ਰਿਕਾਰਡ ਕਾਇਮ ਕਰਾਂ। ਤਾਂ ਫਿਰ ਬਾਬਾ ਜੀ ਨੂੰ ਮੈਂ ਕਿਹਾ ਕਿ ਜੀ ਮੈਂ 2 ਰਿਕਾਰਡ ਕਾਇਮ ਕਰਨਾ ਚਾਹੁੰਦੀ ਹਾਂ, ਦੋਵਾਂ ਦੀ ਫੀਸ ਚਾਹੀਦੀ ਮੈਨੂੰ। ਅਤੇ ਬਾਬਾ ਜੀ ਨੇ ਹਾਂ ਕਰ ਦਿੱਤੀ। ਤਾਂ ਪਹਿਲਾ ਰਿਕਾਰਡ ਮੈਂ ਕਾਇਮ ਕੀਤਾ ਕਿ 2 ਚੱਕਰ ਲਗਾਤਾਰ ਅੱਧਾ ਅੱਧਾ ਕਿਲੋ ਦੇ ਲੈਫਟ ਰਾਈਟ ਦੋਨੇ ਫਸਟ ਫਿੰਗਰ ਦੇ ਉੱਤੇ ਘੁਮਾਏ 1 ਮਿੰਟ ਦੇ ਵਿੱਚ 118 ਵਾਰੀ। ਔਰ ਸੈਕਿੰਡ ਮੇਰਾ ਅਟੈਂਪਟ ਰਿਹਾ ਕਿ ਦੂਸਰਾ ਰਿਕਾਰਡ ਜਿਹੜਾ ਮੈਂ ਕੀਤਾ, ਲਗਾਤਾਰ ਮੇਰੇ 2 ਸਟੂਡੈਂਟ ਸੀਗੇ ਨਾਲ, ਤਜਿੰਦਰ ਸਿੰਘ ਅਤੇ ਨਵਜੋਤ ਸਿੰਘ, ਉਹਨਾਂ ਨੇ ਰੱਸੀ ਟਪਾਈ ਮੈਨੂੰ ਔਰ ਮੈਂ ਸੱਜੇ ਉਂਗਲ 'ਤੇ ਉੱਤੇ ਜਾਲ ਘੁਮਾਉਂਦੇ ਹੋਏ 63 ਟਾਈਮ ਸਟੈਪ ਲਏ ਆ ਜੀ, ਮਤਲਬ ਕਿ ਕੁੱਦਣਾ ਲਗਾਤਾਰ ਕੁੱਦੀ ਹਾਂ ਜੀ ਉਹਦੇ ਉੱਤੇ। ਮੈਂ ਇੰਡੀਆ ਬੁੱਕ ਆਫ ਰਿਕਾਰਡਸ ਵੱਲੋਂ ਜਿਹੜੀ ਟੀਮ ਆਈ ਸੀ ਉਹਨਾਂ ਕੋਲ ਤੁਹਾਨੂੰ ਕੋਈ ਟਾਈਮ ਦਾ ਟੀਚਾ ਦਿੱਤਾ ਗਿਆ ਸੀਗਾ ਜੀ? ਨਹੀਂ ਜੀ, ਕਿਉਂਕਿ ਉਹਨਾਂ ਕੋਲ ਫਸਟ ਟਾਈਮ ਇਹ ਰਿਕਾਰਡ ਗਿਆ, ਉਹਨਾਂ ਨੂੰ ਸੀ ਵੀ ਤੁਸੀਂ ਕਰਨਾ ਕੀ ਚਾਹੁੰਦੇ ਇਸ ਚੀਜ਼ ਦੇ ਵਿੱਚ। ਫਿਰ ਅਸੀਂ ਉਹਨਾਂ ਨੂੰ ਮੈਂ ਦੱਸਿਆ ਕਿ ਮੈਂ 1 ਮਿੰਟ ਦੇ ਵਿੱਚ ਵੱਧ ਤੋਂ ਵੱਧ ਜਿੰਨਾ ਘੁਮਾ ਸਕੀ ਔਰ ਦੂਸਰੇ ਰਿਕਾਰਡ ਦੇ ਵਿੱਚ 1 ਮਿੰਟ ਦੇ ਵਿੱਚ ਵੱਧ ਤੋਂ ਵੱਧ ਜਿੰਨਾ ਜੰਪ ਕਰ ਸਕੀ ਬਿਨਾਂ ਰੁਕੇ, 1 ਉਂਗਲੀ ਦੇ ਬੈਲੈਂਸ 'ਤੇ ਬਿਨਾਂ ਜਾਲ ਸੁੱਟੇ। ਤਾਂ ਉਹਨਾਂ ਨੇ ਕਿਹਾ ਠੀਕ ਹੈ ਜੀ, ਅਤੇ ਮੈਂ ਵੇਟ ਵੀ ਉਹਨਾਂ ਨੂੰ ਦੱਸਿਆ ਕਿ ਮੇਰੇ ਜਾਲ ਦਾ ਇੰਨਾ ਵੇਟ ਆ। ਤਾਂ ਉਹਨਾਂ ਨੇ ਫਿਰ ਆ ਕੇ ਜਦੋਂ ਸਾਡੀ ਜਿੱਦਣ ਅਟੈਂਪਟ ਕਰਨਾ ਸੀ ਅਤੇ ਸਾਰੇ ਸਾਡੇ ਜੋ ਸ਼ਸਤਰ ਸੀ ਚੈੱਕ ਕੀਤੇ, ਰੱਸੀ ਵਗੈਰਾ ਚੈੱਕ ਕੀਤੀ ਵੀ ਅਸੀਂ ਵਾਕਈ ਉਹ ਵੇਟ ਜਿਹੜਾ ਅਸੀਂ ਦੱਸਿਆ ਵੀ ਉਹ ਵੇਟ ਹੈ ਵੀ ਕਿਹੜਾ, ਅਤੇ ਉਹਨਾਂ ਨੇ ਕਰਨ ਤੋਂ ਬਾਅਦ ਵਿੱਚ ਹੀ ਅਸੀਂ ਇਹ ਆਪਣਾ ਅਟੈਂਪਟ ਸ਼ੁਰੂ ਕੀਤਾ। ਇੱਕ ਮੈਂ ਤੁਹਾਡੇ ਤੋਂ ਇਹ ਜਾਣਨਾ ਚਾਹੁੰਦਾ ਸੀਗਾ, ਓਵਰਆਲ ਤੁਹਾਡਾ ਤੁਹਾਨੂੰ ਰੋਜ਼ਾਨਾ ਗੱਤਕੇ ਦੀ ਪ੍ਰੈਕਟਿਸ ਲਈ ਤੁਸੀਂ ਕਿੰਨਾ ਕੁ ਟਾਈਮ ਤੁਸੀਂ ਮਤਲਬ ਕਿੰਨਾ ਕੁ ਟਾਈਮ ਤੁਸੀਂ ਪ੍ਰੈਕਟਿਸ ਕਰਦੇ ਹੋ ਓਵਰਆਲ ਟਾਈਮਿੰਗ ਜਿਹੜੀ ਹੈਗੀ ਰੋਜ਼ਾਨਾ ਦੀ? ਜੀ ਮੋਰਨਿੰਗ ਮੈਂ ਪੂਰੇ ਆਪਣੇ ਚੱਕਰਾਂ ਦੇ ਉੱਤੇ 1 ਘੰਟਾ ਲਗਾਉਂਦੀ ਹਾਂ ਜੀ, ਔਰ ਈਵਨਿੰਗ ਟਾਈਮ ਵੀ ਲਗਵਾਉਂਦੀ ਹਾਂ। ਅਤੇ ਇਸ ਤੋਂ ਇਲਾਵਾ ਜਦੋਂ ਮੈਂ ਆਪਣੇ ਸਟੂਡੈਂਟਸ ਨੂੰ ਤਿਆਰੀ ਕਰਵਾਉਣ ਜਾਂਦੀ ਹਾਂ ਅਲੱਗ ਅਲੱਗ ਜਗ੍ਹਾ ਦੀਆਂ ਅਕੈਡਮੀਜ਼ ਦੇ ਉੱਤੇ, ਉਦੋਂ ਜਦੋਂ ਮੇਰੇ ਕੋਲ ਥੋੜ੍ਹਾ ਫਿਰ ਫ੍ਰੀ ਟਾਈਮ ਹੁੰਦਾ ਮੈਂ ਬੱਚਿਆਂ ਨੂੰ ਨਾਲ ਲੈ ਕੇ ਆਪਣੀ ਪ੍ਰੈਕਟਿਸ ਫਿਰ ਕਰਦੀ ਹਾਂ ਜੀ, ਮਤਲਬ ਕਿ ਕਰੇਜ਼ ਰਹਿੰਦਾ ਮੈਨੂੰ ਕਿ ਮੈਂ ਆਪਣੀ ਪ੍ਰੈਕਟਿਸ ਨਾ ਛੱਡਾਂ, ਕੰਟੀਨਿਊ ਹੁੰਦੀ ਰਹੇ ਜੀ ਮੇਰੀ। ਹਾਂਜੀ, ਅਤੇ ਲਾਈਫ ਦੇ ਵਿੱਚ ਤੁਹਾਨੂੰ ਹੋਰ ਕੀ ਮੁਸ਼ਕਲਾਂ ਤੁਹਾਨੂੰ ਸਾਹਮਣਾ ਕਰਨਾ? ਮੈਂ ਜੀ ਲੋਕ ਕਹਿ ਦਿੰਦੇ ਆ ਕਿ ਹਰੇਕ ਦੀ ਜ਼ਿੰਦਗੀ ਬੜੀ ਸੁਖਾਲੀ ਲੱਗਦੀ ਹੈ। ਮੈਂ ਇਸ ਗੱਤਕੇ ਗੇਮ ਨੂੰ ਇੱਕ ਸ਼ੌਂਕ ਵਜੋਂ ਸ਼ੁਰੂ ਕੀਤਾ ਸੀ ਕਿ ਮੈਨੂੰ ਸ਼ੌਂਕ ਸੀਗਾ ਕਿ ਮੈਂ ਇਹ ਗੇਮ ਖੇਡਣੀ ਹੈ ਦਾਦਾ ਜੀ ਵੱਲ ਦੇਖ ਕੇ। ਪਰ 2009 ਦੇ ਵਿੱਚ ਮੇਰੇ ਬ੍ਰਦਰ ਸੀਗੇ ਉਹ ਐਕਸਪਾਇਰ ਹੋ ਗਏ ਕਿਸੇ ਕਾਰਨ, ਅਤੇ ਪਰਿਵਾਰ ਦੀ ਸਾਰੀ ਜ਼ਿੰਮੇਵਾਰੀ ਫਿਰ ਮੇਰੇ 'ਤੇ ਆ ਗਈ। ਉਸ ਤੋਂ ਪਹਿਲਾਂ ਮੈਂ ਜਿੱਥੇ ਵੀ ਸਿਖਾਉਂਦੀ ਸੀਗੀ ਸਾਰਾ ਫ੍ਰੀ ਆਫ ਕੋਸਟ ਸਿਖਾਉਂਦੀ ਹੁੰਦੀ ਸੀ। ਹੁਣ ਵੀ ਮੇਰੀਆਂ 2-3 ਅਕੈਡਮੀਆਂ ਹੈਗੀਆਂ, ਸੰਤ ਅਵਤਾਰ ਸਿੰਘ ਜੀ ਯਾਦਗਾਰੀ ਸੀਨੀਅਰ ਸੈਕੰਡਰੀ ਸਕੂਲ ਔਰ ਇੱਕ ਸੰਤ ਬਾਬਾ ਲੀਡਰ ਸਿੰਘ ਜੀ ਉਹਨਾਂ ਦੀ, ਉੱਥੇ ਮੈਂ ਫ੍ਰੀ ਆਫ ਕੋਸਟ ਕਰਦੀ ਹਾਂ ਸ਼ਿਕਸ਼ਾ ਦੀਕਸ਼ਾ ਦਿੰਦੀ ਹਾਂ। ਪਰ ਸਕੂਲਾਂ ਕਾਲਜਾਂ ਦੇ ਵਿੱਚ ਜਾਂ ਜਦੋਂ ਕੈਂਪ ਲਗਾਉਂਦੀ ਹਾਂ ਜਿਹੜੇ ਬੰਦੇ ਕੈਂਪ ਲਗਵਾਉਂਦੇ ਨੇ ਉਹਨਾਂ ਕੋਲੋਂ ਫਿਰ ਮੈਂ ਫੀਸ ਲੈਂਦੀ ਹਾਂ ਜਿਹਦੇ ਨਾਲ ਮੇਰੇ ਘਰ ਦਾ ਗੁਜ਼ਾਰਾ ਚੱਲਦਾ, ਕਿਉਂਕਿ ਮੇਰੇ ਮਾਤਾ ਪਿਤਾ ਦੀ ਪਰਵਰਿਸ਼, ਜੋ ਮੇਰੇ ਬ੍ਰਦਰ ਆ ਉਹਨਾਂ ਦੀਆਂ ਬੇਟੀਆਂ ਦੋਨੇ ਸੀਗੀਆਂ ਉਹਨਾਂ ਦੀ ਪਰਵਰਿਸ਼, ਸਾਰਾ ਕੁਛ ਮੈਂ ਇਸੇ ਗੱਤਕੇ ਦੇ ਸੇਵਾ ਦੇ ਵਿੱਚ ਹੀ ਕਰਦੀ ਹਾਂ। ਜੋ ਮੈਨੂੰ ਗੱਤਕੇ ਦੇ ਵਿੱਚ ਕੁਛ ਵੀ ਮਿਲਦਾ ਹੈਗਾ ਉਹ ਮੈਂ ਉਹਨਾਂ 'ਤੇ ਲਗਾਉਂਦੀ ਹਾਂ ਜੀ। ਕਿੰਨਾ ਕੁ ਮਿਲ ਜਾਂਦਾ ਮਹੀਨੇ ਦਾ ਤੁਹਾਨੂੰ, ਕਿੰਨਾ ਕੁ ਤੁਸੀਂ ਅਰਨ ਕਰ ਲੈਂਦੇ? ਜੀ ਸਰ 15,000 ਮਿਲ ਜਾਂਦਾ, ਜਿਹਦੇ ਵਿੱਚ ਮੈਂ ਸਾਰਾ ਮੈਨੇਜ ਕਰਨਾ ਹੁੰਦਾ, ਘਰ ਦਾ ਖਰਚਾ ਵੀ, ਆਪਣੇ ਤੇਲ ਦਾ ਖਰਚਾ ਵੀ। ਫਿਰ ਵੀ ਕਈ ਵਾਰੀ ਮੈਨੂੰ ਜੇ ਥੋੜ ਪੈ ਜੇ ਤਾਂ ਮੈਨੂੰ ਸੰਤ ਬਲਵੀਰ ਸਿੰਘ ਜੀ ਸੀਚੇਵਾਲ ਉਹ ਮਦਦ ਕਰਦੇ ਨੇ, ਕਿਉਂਕਿ ਉਹਨਾਂ ਨੇ ਮੇਰਾ ਪਟਿਆਲਾ ਯੂਨੀਵਰਸਿਟੀ ਦੇ ਵਿੱਚ ਡਾਕਟਰ SP ਸਿੰਘ ਜੀ ਉਬਰਾਏ ਹੋਣਾ ਨੇ ਜਿਹੜਾ ਗੱਤਕਾ ਡਿਪਲੋਮਾ ਫਸਟ ਸਟੱਡੀ ਕੀਤੀ ਹੈ ਗੱਤਕੇ ਦੀ,
ਅਤੇ ਉਹਦੀ ਫਸਟ ਸਟੂਡੈਂਟ ਮੈਂ ਰਹੀ ਹਾਂ ਅਤੇ ਉਹਦੇ ਵਾਸਤੇ ਵੀ ਫੀਸ ਜਿਹੜੀ ਮੇਰੀ ਆ ਸੰਤ ਬਲਬੀਰ ਸਿੰਘ ਜੀ ਉਹਨਾਂ ਨੇ ਉਤਾਰੀ ਆ, ਤਾਂ ਮੈਂ ਟੋਪ ਕੀਤਾ ਜੀ ਉਸ ਡਿਪਲੋਮੇ ਦੇ ਵਿੱਚ, ਕਿ ਉਹ ਪੜ੍ਹਨ ਤੋਂ ਬਾਬਾ ਜੀ ਕਦੀ ਨਹੀਂ ਰੋਕਦੇ। ਮੈਂ ਡਬਲ ਐੱਮ ਏ ਕੀਤੀ ਹੋਈ ਹੈ ਜੀ ਹਿਸਟਰੀ ਦੀ ਔਰ ਪੰਜਾਬੀ ਦੀ, ਇਸ ਤੋਂ ਇਲਾਵਾ ਗੱਤਕਾ ਡਿਪਲੋਮਾ ਕੀਤਾ ਹੋਇਆ ਟੋਪ ਦੇ ਵਿੱਚ ਜੀ। ਇਸ ਤੋਂ ਇਲਾਵਾ ਤੁਹਾਡੀ ਹੋਰ ਕੀ ਉਪਲਬਧੀਆਂ ਨੇ, ਥੋੜ੍ਹਾ ਇੰਡੀਆ ਬੁੱਕ ਆਫ ਰਿਕਾਰਡ ਤੋਂ ਇਲਾਵਾ ਕੀ ਉਪਲਬਧੀਆਂ ਤੁਹਾਡੀਆਂ ਹੈਗੀਆਂ, ਥੋੜ੍ਹਾ ਉਸ ਬਾਰੇ ਵੀ ਥੋੜ੍ਹਾ ਜਾਣੂ ਕਰਵਾਉਣਾ ਜੀ। ਸਰ 2018 ਦੇ ਵਿੱਚ ਮੈਨੂੰ ਹਰਸਿਮਰ ਕੌਰ ਬਾਦਲ ਜੀ ਉਹਨਾਂ ਨੇ ਜਿਹੜਾ ਨੰਨੀ ਸ਼ਾਂ ਵੱਲੋਂ ਕੀਤਾ ਗਿਆ ਸੀ ਸਿਰਜਣਹਾਰੀ ਅਵਾਰਡ, ਅਤੇ ਮੈਡਮ ਨਾਲ ਗੁਰਜੋਤ ਜੀ ਮੈਡਮ ਔਰ ਹਰਸਿਮਰ ਕੌਰ ਮੈਡਮ ਉਹਨਾਂ ਨੇ ਮੈਨੂੰ ਇਹ ਅਵਾਰਡ ਦਿੱਤਾ ਸੀ ਜੀ ਗੱਤਕੇ ਦੀ ਬਦੌਲਤ ਹੀ, ਕਿ ਲੜਕੀ ਹੋ ਕੇ ਗੱਤਕੇ ਦੇ ਵਿੱਚ ਅਚੀਵਮੈਂਟ ਜਿਹੜੀਆਂ ਕੀਤੀਆਂ ਸੀ ਅਤੇ ਉਹਨਾਂ ਨੇ ਮੈਨੂੰ ਇਸ ਵਾਸਤੇ ਚੁਣਿਆ ਸੀਗਾ ਜੀ। ਅਤੇ ਬੜੀ ਖੁਸ਼ੀ ਮਹਿਸੂਸ ਹੁੰਦੀ ਆ ਕਿ ਸਾਡੀ ਇਸ ਖੇਡ ਨੂੰ ਵੀ ਕਿਸੇ ਨੇ ਪਰਖਿਆ, ਕੋਈ ਮੁਕਾਮ ਦਿੱਤਾ। ਉਸ ਅਵਾਰਡ ਤੋਂ ਬਾਅਦ ਦੁਨੀਆ ਦੇ ਵਿੱਚ ਇੱਕ ਪਤਾ ਲੱਗ ਜਾਂਦਾ ਕਿ ਕੋਈ ਲੜਕੀ ਵੀ ਗੱਤਕੇ ਦੇ ਵਿੱਚ ਅੱਗੇ ਆ ਰਹੀ ਹੈ, ਨਹੀਂ ਤਾਂ ਜ਼ਿਆਦਾਤਰ ਕਿਉਂਕਿ ਮਰਦਾਂ ਦੀ ਗੇਮ ਸਮਝੀ ਜਾਂਦੀ ਹੈ, ਗੱਤਕੇ ਨੂੰ ਜ਼ਿਆਦਾ ਮਰਦ ਪ੍ਰਧਾਨ ਗੇਮ ਸਮਝਿਆ ਜਾਂਦਾ ਕਿ ਨਿਹੰਗ ਸਿੰਘ ਖੇਡਦੇ ਆ। ਪਰ ਹੁਣ ਉਸ ਜਦੋਂ ਸਟੇਜ ਦੇ ਉੱਤੇ ਸਾਨੂੰ ਸਿਰਜਣਹਾਰੀ 'ਤੇ ਖੇਡਦੇ ਦਿਖਾਇਆ, ਉਹਨਾਂ ਨੇ ਸਾਡੀ ਸਟੋਰੀ ਦਿਖਾਈ ਆ ਵੀ ਅਸੀਂ ਕਿੱਦਾਂ ਕਿੱਦਾਂ ਕਿਹੜੀਆਂ ਮੁਸੀਬਤਾਂ 'ਚੋਂ ਨਿਕਲ ਕੇ ਅੱਗੇ ਆਏ ਹਾਂ ਔਰ ਕਿੱਦਾਂ ਇਹ ਗੇਮ ਸਿੱਖੀ ਆ, ਬੱਚੀਆਂ ਹੋਰਨਾਂ ਨੂੰ ਕਿੱਦਾਂ ਅਸੀਂ ਸਿਖਾ ਰਹੇ ਹਾਂ ਕਿ ਲੜਕੀਆਂ ਇੰਡੀਪੈਂਡੈਂਟ ਹੋਣ, ਆਪਣੇ 'ਤੇ ਆਪਣੇ ਆਪ ਦਾ ਬਚਾਅ ਕਿੱਦਾਂ ਕਰ ਸਕਣ, ਇਸ ਗੇਮ ਨੂੰ ਕਿੱਦਾਂ ਹੋਰ ਅੱਗੇ ਵਧਾ ਸਕਣ। ਤਾਂ ਉਹਨਾਂ ਨੇ ਇਸ ਹੁਨਰ ਦੀ ਸਾਨੂੰ ਇੱਕ ਹਿਸਾਬ ਦੀ ਸਾਡੀ ਮਿਹਨਤ ਸਾਨੂੰ ਦਿੱਤੀ ਹੈ ਕਿ ਪਹਿਚਾਣ ਬਣਾ ਦਿੱਤੀ ਸਾਡੀ ਕਿ ਅਸੀਂ ਵੀ ਗੱਤਕੇ ਦੇ ਵਿੱਚ ਅੱਗੇ ਆਏ ਹਾਂ। ਤਾਂ ਅੱਗੇ ਵਾਸਤੇ ਹੁਣ ਤੁਹਾਡੇ ਕੀ ਟੀਚੇ ਰਹਿਣਗੇ ਔਰ ਤੁਸੀਂ ਹੋਰ ਕਿਹੜੇ ਕਿਹੜੇ ਰਿਕਾਰਡਸ ਨੂੰ ਬ੍ਰੇਕ ਕਰਨ ਦੀ ਤੁਸੀਂ ਹੁਣ ਅੱਗੇ ਅੱਗੇ ਜਿਹੜੀ ਹੈ ਤੁਸੀਂ ਅੱਗੇ ਕੋਸ਼ਿਸ਼ ਕਰੋਗੇ, ਥੋੜ੍ਹਾ ਉਸ ਬਾਰੇ ਦੱਸ ਦੇਣਾ। ਹਾਂਜੀ ਜੀ, ਇਹ ਤਾਂ ਹੁਣ ਸਾਡਾ ਇੰਡੀਆ ਲੈਵਲ ਦਾ ਹੋ ਗਿਆ, ਹੁਣ ਅੱਗੇ ਹੈਗਾ ਕਿ ਅਸੀਂ ਏਸ਼ੀਆ ਦਾ ਕਰੀਏ, ਉਸ ਤੋਂ ਬਾਅਦ ਟਾਰਗੇਟ ਗਿਨੀਜ਼ ਦਾ ਜਾਣ ਵਾਸਤੇ। ਅਤੇ ਉਹੀ ਸੋਚਦੇ ਹਾਂ ਕਿ ਉਹਦੀਆਂ ਫੀਸਾਂ ਚਾਰਜਿਸ ਬੜੇ ਨੇ, ਅਤੇ ਅਗਰ ਕੋਈ ਸਾਨੂੰ ਸਪੋਰਟਿਵ ਪਰਸਨ ਮਿਲ ਜਾਂਦੇ ਨੇ ਇਹ ਚੀਜ਼ਾਂ ਉਠਾਉਣ ਵਾਲੇ, ਤਾਂ ਅਸੀਂ ਬੜੀ ਜਲਦੀ ਰਿਕਾਰਡ ਕਾਇਮ ਕਰ ਲਾਂਗੇ। ਅਤੇ ਥੋੜ੍ਹਾ ਥੋੜ੍ਹਾ ਸਮਾਂ ਪਾ ਕੇ ਅਸੀਂ ਇਹ ਰਿਕਾਰਡ ਕਾਇਮ ਕਰਨੇ ਨੇ, ਉਸ ਤੋਂ ਬਾਅਦ ਮੇਰਾ ਇਹ ਟੀਚਾ ਰਹੇਗਾ ਕਿ ਮੈਂ ਆਪਣੇ ਜਿਹੜੇ ਨੰਨੇ ਮੁੰਨੇ ਮੇਰੇ ਖਿਡਾਰੀ ਨੇ ਉਹਨਾਂ ਦਾ ਇੱਕ ਵੱਖਰਾ ਰਿਕਾਰਡ ਕਾਇਮ ਕਰਾਂ, ਤਾਂ ਕਿ ਉਹਨਾਂ ਨੂੰ ਵੀ ਇੱਕ ਪਲੇਟਫਾਰਮ ਮਿਲ ਜਾਏ, ਤਾਂ ਕਿ ਬੱਚੇ ਇਸ ਗੱਤਕੇ ਗੇਮ ਦੇ ਪਿੱਛੇ ਮਤਲਬ ਕਿ ਕ੍ਰੇਜ਼ੀ ਹੋ ਜਾਣ ਕਿ ਅਸੀਂ ਇਹ ਕਰਨਾ ਅਤੇ ਕਰਨਾ ਹੀ ਕਰਨਾ ਹੈ। ਲੜਕੀਆਂ ਦੀ ਵੀ ਸ਼ਾਨ ਵਧੇ ਔਰ ਲੜਕਿਆਂ ਦੀ ਵੀ ਵਧੇ ਜੀ ਇਸ ਗੇਮ ਦੇ ਵਿੱਚ। ਅਖੀਰ ਦੇ ਵਿੱਚ ਤੁਸੀਂ ਅੱਜ ਦੇ ਯੂਥ ਲਈ ਤੁਸੀਂ ਇੱਕ ਇੰਸਪੀਰੇਸ਼ਨ ਵੀ ਹੋ ਇਸ ਟਾਈਮ, ਅਤੇ ਤੁਸੀਂ ਅਖੀਰ ਦੇ ਜਵਾਨ ਲਈ ਤੁਸੀਂ ਕੀ ਸੁਨੇਹਾ ਦੇਣਾ ਚਾਹੁੰਦੇ ਹਾਂ, ਜਿਹੜਾ ਅੱਜ ਦਾ ਜਿਹੜਾ ਨੌਜਵਾਨ ਪੀੜ੍ਹੀ ਆ ਜਾਂ ਨੌਜਵਾਨ ਬੱਚੇ ਨੇ ਜਿਹੜੇ, ਤੁਸੀਂ ਉਹਨਾਂ ਵਾਸਤੇ ਕੀ ਸੁਨੇਹਾ ਦੇਣਾ ਚਾਹੁੰਦੇ ਹੋ? ਹਾਂਜੀ ਜੀ, ਹਰੇਕ ਨੌਜਵਾਨ ਦੇ ਅੰਦਰ ਇੱਕ ਇੱਛਾ ਹੁੰਦੀ ਹੈ ਕਿ ਕੁਛ ਵੱਖਰਾ ਕਰ ਦਿਖਾਉਣ ਦੀ। ਉਹਦੇ ਵਿੱਚ ਜੇਕਰ ਉਹਦੇ ਪੇਰੈਂਟਸ ਉਸ ਬੱਚੇ ਦਾ ਸਹਿਯੋਗ ਦੇਣ, ਜਿੱਦਾਂ ਹੁਣ ਮੇਰੇ ਪੇਰੈਂਟਸ ਨੇ ਮੇਰਾ ਸਹਿਯੋਗ ਦਿੱਤਾ, ਮੇਰਾ ਹੌਸਲਾ ਦੁੱਗਣਾ ਹੋ ਗਿਆ। ਕਈ ਲੜਕੀਆਂ ਨੇ ਜੋ ਕਈ ਕੁਛ ਕਰਨਾ ਚਾਹੁੰਦੀਆਂ ਨੇ ਦੁਨੀਆ ਵਾਸਤੇ ਜਾਂ ਸਮਾਜ ਵਾਸਤੇ, ਪਰ ਉਹਨਾਂ ਨੂੰ ਮੌਕੇ ਨਹੀਂ ਮਿਲਦੇ। ਮੈਂ ਚਾਹੁੰਦੀ ਕਿ ਉਹਨਾਂ ਨੂੰ ਇਹ ਮੌਕਾ ਮਿਲਣਾ ਚਾਹੀਦਾ, ਉਹਨਾਂ ਨੂੰ ਸਹੀ ਸੇਧ ਲੈ ਕੇ ਅੱਗੇ ਵਧਣਾ ਚਾਹੀਦਾ ਕਿ ਅਸੀਂ ਸ਼ਾਇਦ ਜਿਹੜੀ ਕੋਈ ਛੋਟੀ ਮੋਟੀ ਚੀਜ਼ ਸਮਝਦੇ ਹਾਂ, ਜਿੱਦਾਂ ਹੁਣ ਅਸੀਂ ਜਾਲ ਨੂੰ ਚੱਕਰ ਨੂੰ ਨੋਰਮਲ ਸਮਝਦੇ ਸੀ ਗੱਤਕੇ ਲਈ, ਪਰ ਇਹੀ ਇੱਕ ਚੱਕਰ ਨੇ ਸਾਡੀ ਪਹਿਚਾਣ ਬਣਾ ਦਿੱਤੀ, ਸਾਡਾ ਰਿਕਾਰਡ ਬਣਾ ਦਿੱਤਾ, ਅਤੇ ਸਿੱਖ ਕੌਮ ਦੇ ਵਿੱਚ ਨਾਮ ਉੱਚਾ ਹੋ ਗਿਆ ਸਾਡੀ ਗੱਤਕਾ ਖੇਡ ਦਾ। ਤਾਂ ਉਹਨਾਂ ਬੱਚੇ ਬੱਚਿਆਂ ਨੂੰ ਵੀ ਆਪਣੇ ਵਾਸਤੇ, ਆਪਣੇ ਪੇਰੈਂਟਸ ਲਈ, ਆਪਣੇ ਵੱਡੇ ਗੁਰੂਜਨਾਂ ਵਾਸਤੇ ਇਹ ਜ਼ਰੂਰ ਕੁਛ ਕਰਨਾ ਚਾਹੀਦਾ ਕਿ ਅਸੀਂ ਇਸ ਸੰਸਾਰ 'ਤੇ ਆਏ ਹਾਂ, ਜੇਕਰ ਕੁਛ ਪੜ੍ਹ ਲਿਖਦੇ ਹਾਂ ਜਾਂ ਕੁਛ ਵੀ ਗੇਮ ਕਰਦੇ ਹਾਂ, ਉਹਦੀਆਂ ਉਸ ਗੇਮ ਨੂੰ ਉਸ ਬੁਲੰਦੀਆਂ ਤੱਕ ਲੈ ਜਾਣ ਆਪਣੀ ਮਿਹਨਤ ਦੇ ਬਦੌਲਤ ਕਿ ਅਸੀਂ ਆਪਣਾ ਨਾਮ ਕਮਾ ਸਕੀਏ ਦੁਨੀਆ ਦੇ ਵਿੱਚ। ਬਾਬਾ ਜੀ ਜਿਹੜਾ ਗੁਰਵਿੰਦਰ ਕੌਰ ਤੁਹਾਡੀ ਬੱਚੀ ਨੇ ਇੰਡੀਆ ਬੁੱਕ ਆਫ ਰਿਕਾਰਡ ਦੇ ਵਿੱਚ ਆਪਣਾ ਨਾਮ ਦਰਜ ਕਰਵਾਇਆ ਗੱਤਕੇ ਦੇ ਵਿੱਚ, ਤੁਹਾਡਾ ਇਸ ਬਾਰੇ ਕੀ ਕਹਿਣਾ, ਤੁਸੀਂ ਇਹਨਾਂ ਨੂੰ ਕੀ ਆਸ਼ੀਰਵਾਦ ਦਿੰਦੇ? ਬਹੁਤ ਖੁਸ਼ੀ ਦੀ ਗੱਲ ਆ ਵੀ ਗੁਰਵਿੰਦਰ ਕੌਰ ਨੇ ਬੜੀ ਮਿਹਨਤ ਕੀਤੀ ਆ ਗੱਤਕੇ ਦੇ ਵਿੱਚ, ਆਪਣਾ ਮੁਕਾਮ ਇਹਨੇ ਆਪ ਹਾਸਿਲ ਕੀਤਾ ਆਪਣੀ ਮਿਹਨਤ ਦੇ ਨਾਲ, ਕਿਉਂਕਿ ਸਾਨੂੰ ਯਾਦ ਆ ਕਿ ਜਿਸ ਵੇਲੇ ਇਹ ਨਗਰ ਕੀਰਤਨ ਇੱਥੇ ਸੀਚੇਵਾਲ ਤੋਂ ਆਉਂਦਾ ਸੀ ਅਤੇ ਇਹ ਗੱਤਕੇ ਦੇ ਵਿੱਚ ਆਪਣੀ ਪਾਰਟੀਸਪੇਟ ਕਰਦੇ ਸੀ। ਫਿਰ ਉਹਨਾਂ ਦੱਸਿਆ ਕਿ ਬਾਬਾ ਜੀ ਮੇਰੇ ਬਾਬਾ ਜੀ ਵੀ ਗੱਤਕੇ ਦੇ ਖਿਡਾਰੀ ਸੀ, ਮੈਂ ਆਪਣੀ ਵਿਰਾਸਤ ਸੰਭਾਲਣਾ ਚਾਹੁੰਦੀ ਹਾਂ, ਫਿਰ ਮੇਰੀ ਸਪੋਰਟ ਕਰੋ। ਫਿਰ ਲਗਾਤਾਰ ਜਿਹੜੀ ਇਸ ਲੜਕੀ ਨੇ ਆਪਣੇ ਤੌਰ 'ਤੇ ਵੀ ਇਹਨੇ ਘੱਟੋ ਘੱਟ ਜਿਹੜੇ ਹੈਗੇ ਇਸ ਇਲਾਕੇ ਦੇ ਵਿੱਚ 500-700 ਬੱਚਾ ਜਿਹੜਾ ਹੈਗਾ ਉਹਨਾਂ ਨੂੰ ਇਹਨੇ ਗੱਤਕੇ ਦੇ ਨਾਲ ਜੋੜਿਆ ਅਤੇ ਆਪਣਾ ਰਿਕਾਰਡ ਕਾਇਮ ਕੀਤਾ। ਸੋ ਇਹਨਾਂ ਦੇ ਜਿਹੜੇ ਸਿਖਾਏ ਹੋਏ ਬੱਚੇ ਆ ਉਹ ਸਕੂਲਾਂ ਦੀਆਂ ਗੇਮਾਂ ਵਿੱਚੋਂ ਵੀ ਜਦੋਂ ਗੱਤਕੇ ਦੇ ਹੁੰਦੇ ਆ, ਫਿਰ ਅਸੀਂ ਗੱਤਕਾ ਕੱਪ ਕਰਵਾਉਂਦੇ ਹਾਂ ਅਤੇ ਵੱਖ ਵੱਖ ਸਟੇਟਾਂ ਦੇ ਵਿੱਚ ਜਾ ਕੇ ਵੀ ਇਹ ਆਪਣੀ ਜਿਹੜੀ ਹੈਗੀ ਆ ਜੋ ਇਹਨਾਂ ਦੇ ਵਿੱਚ ਗੁਰੂ ਪਾਤਸ਼ਾਹ ਨੇ ਇਹਨਾਂ ਨੂੰ ਕਲਾ ਦਿੱਤੀ ਹੈ, ਸਮਰੱਥਾ ਦਿੱਤੀ ਹੈ, ਉਹਦੇ ਜ਼ੋਰ ਦਿਖਾਉਂਦੇ ਆ। ਬੜੀ ਖੁਸ਼ੀ ਦੀ ਗੱਲ ਹੈ, ਇਹਨਾਂ ਨੇ ਇੱਕ ਨੈਸ਼ਨਲ ਰਿਕਾਰਡ ਬਣਾਇਆ
ਜਿਹਦੇ ਵਾਸਤੇ ਇਹਨੇ ਵਧਾਈ ਦੇ ਪਾਤਰ ਆ ਅਤੇ ਗੁਰੂ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ ਕਿ ਬੱਚੀ ਅਤੇ ਮਿਹਰ ਭਰਿਆ ਹੱਥ ਰੱਖਣ ਸਤਿਗੁਰੂ, ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ। ਇੱਕ ਇਹਨਾਂ ਦੀ ਇੱਛਾ ਹੈ ਜੀ, ਅੱਗੇ ਗਿਨੀਸ ਬੁੱਕ ਦੇ ਵਿੱਚ ਵੀ ਆਪਣਾ ਨਾਮ ਦਰਜ ਕਰਾਉਂਦਾ ਜੀ, ਕਿ ਜਿਸ ਤਰ੍ਹਾਂ ਤੁਸੀਂ ਪਹਿਲੇ ਇਹਨਾਂ ਦਾ ਸਾਥ ਦਿੱਤਾ ਅਤੇ ਅੱਗੇ ਵੀ ਤੁਹਾਡਾ ਇੱਦਾਂ ਹੀ ਇਹਨਾਂ ਦੇ ਨਾਲ ਸਾਥ ਰਹੇਗਾ ਜੀ। ਸਾਡੀਆਂ ਸਭ ਸਭਾ ਨਾਲ ਆ, ਜੋ ਕੁਛ ਵੀ ਇਹ ਕਹਿਣ ਅਸੀਂ ਹਰ ਤਰ੍ਹਾਂ ਦੇ ਨਾਲ ਸਪੋਰਟ ਕਰਨ ਨੂੰ ਤਿਆਰ ਹਾਂ। ਗੁਰੂ ਮਹਾਰਾਜ ਮਿਹਰ ਕਰਨ, ਮਿਹਨਤ ਅੱਗੇ ਵੀ ਇਹਨੇ ਬਹੁਤ ਕੀਤੀ ਆ, ਅਤੇ ਗੁਰੂ ਪਾਤਸ਼ਾਹ ਹੋਰ ਬਲ ਬਖਸ਼ਣ ਆਪਣੀ ਮਿਹਨਤ ਕਰੇ, ਅਤੇ ਕਿਹੜੀ ਚੀਜ਼ ਆ ਵੀ ਜਿਹੜੀ ਨਹੀਂ ਹੋ ਸਕਦੀ ਉਹ ਵੀ ਸੰਭਵ ਆ, ਕਿਉਂਕਿ ਲਗਨ ਦੀ ਲੋੜ ਆ ਅਤੇ ਗੁਰੂ ਦੀ ਕਿਰਪਾ ਦੀ ਲੋੜ ਆ। ਸੋ ਮਾਰੇ ਕਿਰਪਾ ਕਰਨ, ਇਹਨੂੰ ਬਲ ਬਖਸ਼ਣ, ਸਿਰ 'ਤੇ ਮਿਹਰ ਭਰਿਆ ਹੱਥ ਰੱਖਣ।